मेला गदरी बाबियां दा शुरुआत हो चुकी है। मौजूदा देश भगत यादगार हाल दे विच गदरी बाबियां ने जिहड़े गुलाटिए सीगे इन्हां ने देश वास्ते अपनियां जानां दित्तियां कुरबानियां दित्तियां ते इस वेले मौजूदा देश भगत यादगार हाल दे विच ते मेरे नाल आर्टिस्ट हैगे ने वरुण टंडन। मैं क्यों जिक्र कर रहा क्योंकि इन्हां वल्लों कई पिछले समय तो कई तरह दीआं जिहड़ियां पेंटिंग्स हैगीआं जां पोर्ट्रेट्स हैगे ने उह बनाए जांदे ने। मैं वरुण टंडन दा ही रुख करांगा। ਤੁਹਾਨੂੰ ਪਹਿਲਾਂ ਤਾਂ ਆਪਾਂ ਸਮਝਣਾ ਚਾਹਾਂਗੇ ਇਸ ਵਾਰ ਕਿਉਂਕਿ ਇਹ ਤਸਵੀਰਾਂ ਕਰੀਬਨ ਕਰੀਬਨ ਮੈਂ ਇਹਨਾਂ ਦੇ ਵਿੱਚੋਂ ਕਾਫੀ ਤਸਵੀਰਾਂ ਪਹਿਲਾਂ ਵੀ ਵੇਖ ਚੁੱਕਾ ਆਪਾਂ ਦੱਸ ਵੀ ਚੁੱਕੇ ਹਾਂ ਲੋਕਾਂ ਨੂੰ, ਪਰ ਮੈਂ ਚਾਹੁੰਦਾ ਕਿ ਨਵੀਂ ਜਨਰੇਸ਼ਨ ਨੂੰ ਆਪਾਂ ਇੱਕ ਵਾਰੀ ਫਿਰ ਦੁਬਾਰਾ ਦੱਸੀਏ ਤਾਂ ਕਿ ਉਹ ਜਾਣੂ ਹੋ ਸਕਣ ਕਿ ਇਹ ਕੌਣ ਕੌਣ ਸੀਗੇ। ਕਿਉਂਕਿ ਰਵਿੰਦਰ ਨਾਥ ਟੈਗੋਰ ਦੀ ਗੱਲ ਕਰਾਂ, ਸੁਰਜੀਤ ਪਾਤਰ ਹੋਣਾ ਦੀ ਗੱਲ ਕਰਾਂ, ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰਾਂ, ਕਿਤਾਬਾਂ ਦੇ ਵਿੱਚ ਜ਼ਰੂਰ ਨਾਮ ਆਉਂਦੇ ਨੇ ਪਰ ਤਸਵੀਰਾਂ ਦੇ ਵਿੱਚ ਬਹੁਤ ਘੱਟ ਬੱਚਿਆਂ ਨੂੰ ਪਤਾ ਹੈਗਾ ਜਿਹੜੀ ਅੱਜ ਕੱਲ੍ਹ ਦੀ ਨਿਊ ਜਨਰੇਸ਼ਨ ਹੈਗੀ ਆ। ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਇਹਨਾਂ ਨੇ ਇਹਨਾਂ ਦੀਆਂ ਤਸਵੀਰਾਂ ਜਾਂ ਇਹਨਾਂ ਦੇ ਪੋਰਟਰੇਟ ਸਾਡੇ ਲਈ ਅਹਿਮ ਕਿਉਂ ਨੇ, ਇਹਨਾਂ ਨੇ ਸਾਡੇ ਲਈ ਕੀ ਕੀਤਾ, ਇਹ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈਗਾ। ਮੈਂ ਜ਼ਰੂਰ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ, ਪਹਿਲਾਂ ਤਾਂ ਇੱਕ ਕਲਮ ਬਣਾਈ ਗਈ ਹੈ, ਇਹ ਕੀ ਕਾਰਨ ਇਹਦਾ? ਇਹ ਜਿਹੜੀ ਤੁਸੀਂ ਕਲਮ ਦੇਖਦੇ ਪਏ ਨਾ, ਔਰ ਇਹ ਕਲਮ ਜਿਹੜੀ ਹੈਗੀ ਹੈ ਮੈਂ ਬਣਾਈ ਸੀ ਬੇਸਿਕਲੀ ਪ੍ਰੈਸ ਫਰੀਡਮ ਡੇ ਤੇ। ਪ੍ਰੈਸ ਦਾ ਮਤਲਬ ਹੈਗਾ ਕਲਮ, ਠੀਕ ਹੈ, ਔਰ ਪ੍ਰੈਸ ਫਰੀਡਮ ਡੇ ਦਾ ਮਤਲਬ ਸੀਗਾ ਕਿ ਕਲਮ ਦੀ ਤਾਕਤ ਨੂੰ ਦਰਸਾਉਣਾ। ਤੇ ਮੈਂ ਜਿਹੜਾ ਕਲਮ ਹੈਗੀ ਹੈ ਨਾ ਇਹਦੇ ਵਿੱਚ ਐਮਪਾਵਰਮੈਂਟ ਦਾ ਜਿਹੜਾ ਸਿੰਬਲ ਹੈਗਾ ਉਹ ਬਣਾਇਆ ਹੈਗਾ ਕਿ ਕਲਮ ਦੀ ਤਾਕਤ ਜਿਹੜੀ ਹੈਗੀ ਹੈ ਉਹ ਅੱਜ ਵੀ ਔਰ ਹਮੇਸ਼ਾ ਤਾਕਤਵਰ ਰਹੂਗੀ। ਜੀ, ਦੂਸਰੀ ਪੋਰਟਰੇਟ ਆਉਂਦੀ ਹੈ ਰਵਿੰਦਰ ਨਾਥ ਟੈਗੋਰ ਹੋਰਾਂ ਦੀ, ਇਹਨਾਂ ਬਾਰੇ ਵੀ ਅਸੀਂ ਆਪਣੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਹਨਾਂ ਨੂੰ ਦੱਸਦੀ ਹੈ ਕਿ ਇਹਨਾਂ ਨੇ, ਕਿਉਂਕਿ ਜਿਹੜਾ ਪੋਰਟਰੇਟ ਬਣਾਇਆ ਗਿਆ ਸਿੰਗਲ ਟਾਈਪ ਲਿਖ ਰਿਹਾ ਹੈ, ਕਈ ਵਾਰੀ ਉਹਨੂੰ ਡਬਲ ਡਬਲ ਟ੍ਰਿਪਲ ਟ੍ਰਿਪਲ ਕਰਕੇ ਲਿਖਿਆ, ਜੇ ਮੈਂ ਗਲਤ ਨਹੀਂ ਹੈਗਾ। ਬਿਲਕੁਲ ਬਿਲਕੁਲ, ਜੋ ਤੁਸੀਂ ਕਹਦੇ ਹੋ ਬਿਲਕੁਲ ਠੀਕ ਹੈਗਾ। ਇਹ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੂੰਗਾ, ਇਹ ਜਿਹੜੇ ਸਾਰੇ ਪੋਰਟਰੇਟਸ ਹੈਗੇ ਆ ਐਕਸੈਪਟ ਇੱਕ ਮਦਰ ਟੈਰੇਸਾ ਦਾ, ਇਹ ਮੈਂ ਲਿਖ ਲਿਖ ਕੇ ਬਣਾਏ ਹੈਗੇ ਆ। ਹੁਣ ਇਹ ਜਿਹੜੇ ਤੁਸੀਂ ਪੋਰਟਰੇਟ ਦੇਖੋਗੇ ਆ ਸਾਡੇ ਇੰਟਲੈਕਚੁਅਲ ਦੇ ਪੋਰਟਰੇਟ ਮੈਂ ਬਣਾਏ ਹੈਗੇ ਆ, ਔਰ ਇਹਨਾਂ ਨੇ ਲਾਈਫ ਵਿੱਚ ਆਪਣੇ ਜੋ ਵੀ ਇਹਨਾਂ ਨੇ ਰਚਨਾਵਾਂ ਲਿਖੀਆਂ ਉਹਨਾਂ ਦੇ ਦੇਸ਼ ਵਾਸਤੇ ਬਹੁਤ ਅਹਿਮ ਯੋਗਦਾਨ ਰਿਹਾ ਹੈ ਇਹਨਾਂ ਦਾ। ਬਿਲਕੁਲ, ਇਹਨਾਂ ਦਾ ਅਹਿਮ ਯੋਗਦਾਨ ਰਿਹਾ ਹੈਗਾ। ਇਹ ਜਿਹੜਾ ਸਾਡਾ ਰਾਸ਼ਟਰੀ ਗਾਨ ਹੈਗਾ ਜਨਗਨ ਮਨ, ਉਹ ਇਹਨਾਂ ਨੇ ਲਿਖਿਆ ਹੈਗਾ, ਠੀਕ ਹੈ। ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਇਹਨਾਂ ਦੀ ਬੁੱਕ ਗੀਤਾਂਜਲੀ ਵਾਸਤੇ, ਤੇ ਮੈਂ ਇਹਨਾਂ ਨੂੰ ਇੱਕ ਇਹਨਾਂ ਦੇ ਬਰਥ ਐਨਵਰਸਰੀ ਤੇ ਟ੍ਰਿਬਿਊਟ ਦੇਣੀ ਸੀਗੀ, ਤੇ ਟ੍ਰਿਬਿਊਟ ਦੇਣ ਵਾਸਤੇ ਜਿਹੜਾ ਹੈਗਾ ਮੈਂ ਇਹਨਾਂ ਦੀ ਗੀਤਾਂਜਲੀ ਬੁੱਕ ਦੀ ਜਿਹੜੀ ਪੋਇਮਸ ਹੈਗੀਆਂ ਉਹ ਲਿਖ ਕੇ ਇਹਨਾਂ ਦੀ ਪੋਰਟਰੇਟ ਬਣਾਈ। ਹੁਣ ਜਿਹੜੀ ਤੁਸੀਂ ਗੱਲ ਕਹੀ ਕਿ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਪੈੱਨ ਵਰਤੇ ਗਏ, ਉਹ ਬਿਲਕੁਲ ਠੀਕ ਹੈ। ਇਹਦੇ ਵਿੱਚ ਜਿੱਥੇ ਇਹਦੇ ਵਿੱਚ ਦੋ ਤਰ੍ਹਾਂ ਦੇ ਪੈੱਨ ਵਰਤੇ ਗਏ ਹੈਗੇ, ਇੱਕ ਪਤਲਾ ਇੱਕ ਉਹ ਤੋਂ ਮੋਟਾ, ਠੀਕ ਹੈ। ਉਹਦੇ ਨਾਲ ਜਿਹੜੀ ਹੈਗੀ ਹੈ ਇਹ ਜਿਹੜੀ ਪੋਰਟਰੇਟ ਬਣਾਈ ਗਈ ਹੈਗੀ ਹੈ। ਦੂਸਰੀ ਇੱਕ ਚੀਜ਼ ਹੋਰ ਮੈਂ ਜਾਣਨਾ ਚਾਹਾਂਗਾ ਤਸਵੀਰਾਂ ਬਾਅਦ ਚ ਗੱਲਾਂ ਕਰਾਂ, ਇੱਕ ਤੇ ਇਹ ਤੁਸੀਂ ਬਾਰਕੋਡ ਉਰੇ ਲਾਏ ਹੈਗੇ ਹਰੇਕ ਪਿਕਚਰ ਦੇ ਨਾਲ, ਇਹਦਾ ਕੀ ਰੀਜ਼ਨ ਹੈਗਾ, ਕੀ ਦਰਸਾਉਂਦੇ ਨੇ ਇਹ? ਬਿਲਕੁਲ, ਜਿੱਦਾਂ ਸਾਨੂੰ ਪਤਾ ਅੱਜ ਦਾ ਜਿਹੜਾ ਜ਼ਮਾਨਾ ਹੈਗਾ ਉਹ ਡਿਜੀਟਲਾਈਜੇਸ਼ਨ ਦਾ ਹੈਗਾ, ਠੀਕ। ਔਰ ਮੰਨ ਲਓ ਕੋਈ ਬੰਦਾ ਪੜ੍ਹਨਾ ਚਾਹੁੰਦਾ ਹੈਗਾ ਇਹਨਾਂ ਬਾਰੇ, ਇਹਦੀ ਆਰਟਵਰਕ ਕੀ ਕਹਿੰਦੇ ਹੈਗਾ ਜੋ ਮੈਂ ਤੁਹਾਨੂੰ ਦੱਸਦਾ ਪਿਆ ਉਹ ਮੈਂ ਲਿਖ ਕੇ ਵੀ ਲਗਾਇਆ ਤਾ, ਬਟ ਇਨ ਐਕਚੁਅਲ ਇਹਨਾਂ ਦੀ ਜੀਵਨੀ ਬਾਰੇ ਪਤਾ ਕਰਨਾ ਹੋਵੇ ਤੇ ਕੋਈ ਵੀ ਇਸ ਜਿਹੜਾ ਕਿਊ ਆਰ ਕੋਡ ਹੈਗਾ ਇਹਨੂੰ ਸਕੈਨ ਕਰ ਸਕਦਾ ਹੈਗਾ, ਠੀਕ ਹੈ। ਤੇ ਉਹ ਤੋਂ ਬਾਅਦ ਹਾਂ ਉਹ ਤੋਂ ਬਾਅਦ ਚੋਂ ਇਹਨਾਂ ਦਾ ਜਿਹੜਾ ਵਿਕੀਪੀਡੀਆ ਹੈਗਾ ਉਹ ਖੁੱਲ ਜਾਊਗਾ, ਔਰ ਕੋਈ ਵੀ ਇਹਨਾਂ ਦੇ ਬਾਰੇ ਕਿਹੜੇ ਯੋਗਦਾਨ ਦਿੱਤੇ ਹੈਗੇ ਨੇ ਦੇਸ਼ ਵਾਸਤੇ ਸਾਰਾ ਕੁਝ ਸਾਹਮਣੇ ਆ ਜਾਂਦਾ। ਇਹ ਸਾਡੇ ਹੈਗੇ ਸੁਰਜੀਤ ਪਾਤਰ ਦਾ ਡਾਕਟਰ, ਇਹਨਾਂ ਬਾਰੇ ਕੀ, ਕਿਉਂਕਿ ਮਾਂ ਬੋਲੀ ਦੇ ਰਾਖੇ ਵੀ ਰਹੇ ਨੇ ਉਹ। ਜੀ ਜੀ, ਇਹਨਾਂ ਨੂੰ ਮੈਂ ਇੱਕ ਟ੍ਰਿਬਿਊਟ ਦਿੱਤੀ ਹੈਗੀ ਹੈ, ਔਰ ਇਹ ਜਿਹੜੀ ਤੁਸੀਂ ਦੇਖਦੇ ਪਏ ਪੋਰਟਰੇਟ ਇਹ ਪੰਜਾਬੀ ਵਰਨਮਾਲਾ ਦੇ ਜਿਹੜੇ ਐਲਫਾਬੈਟ ਹੈਗੇ ਅੱਖਰ ਹੈਗੇ ਆ ਉਹਨਾਂ ਦੇ ਨਾਲ ਇਹ ਜਿਹੜੀ ਪੋਰਟਰੇਟ ਹੈਗੀ ਆ ਬਣਾਈ ਹੈਗੀ ਆ, ਤੇ ਥੱਲੇ ਲਿਖਿਆ ਸਾਡੀ ਮਾਂ ਬੋਲੀ ਦਾ ਰਾਖਾ, ਕਿਉਂਕਿ ਇਹਨਾਂ ਨੇ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਬਹੁਤ ਕੁਝ ਕੀਤਾ ਹੈਗਾ। ਜੀ, ਔਰ ਇਹ ਮੈਂ ਬਣਾਈ ਹੈਗੀ ਆ, ਪਰ ਇਹਦੇ ਵਿੱਚ ਕੀ ਹੈਗਾ, ਇੱਕ ਮੈਂ ਦੇਖ ਰਿਹਾ ਕਿ ਤੁਸੀਂ ਪੰਜਾਬੀ ਅੱਖਰਾਂ ਦੇ ਨਾਲ ਹੀ ਕੁਝ ਲਿਖਿਆ ਹੋਇਆ। ਜੀ ਜੀ ਜੀ, ਇਹ ਇਹਦੇ ਵਿੱਚ ਨਾ ਖਾਲੀ ਐਲਫਾਬੈਟਸ ਹੈਗੇ ਆ, ਜੇ ਮੈਂ ਇਹਨੂੰ ਜ਼ੂਮ ਕਰਾਂ ਇਹ ਤੁਹਾਨੂੰ ਇਹ ਜਿਹੜੇ ਐਲਫਾਬੈਟ ਆਪਾਂ ਦੂਰੋਂ ਦੇਖਦੇ ਹੈਗੇ ਜਾਂ ਕੋਲੋਂ ਦੇਖਦੇ ਸਾਨੂੰ ਨਹੀਂ ਦਿਖਦੇ, ਇਹ ਜ਼ਿਆਦਾ ਜ਼ੂਮ ਕਰਾਂਗਾ ਤੇ ਸਾਨੂੰ ਐਲਫਾਬੈਟ ਜਿਹੜੇ ਹੈਗੇ ਉਹ ਦਿਖਣੇ ਸ਼ੁਰੂ ਹੋ ਜਾਊਗੇ, ਮਤਲਬ ਇਹ ਮਾਈਕਰੋਸਕੋਪਿਕ ਤੁਸੀਂ ਕਹਿ ਸਕਦੇ ਹੋ। ਦੂਸਰੀ ਗੱਲ ਇੱਕ ਹੋਰ ਚੀਜ਼ ਸੀਗੀ, ਇੱਕ ਯੂਨੀਕ ਚੀਜ਼ ਹੈਗੀ ਆ, ਮੈਂ ਜਿੱਦਾਂ ਤੱਕ ਮੈਨੂੰ ਯਾਦ ਹੈ ਕਿਉਂਕਿ ਅਸੀਂ ਬਚਪਨ ਦੇ ਵਿੱਚ ਮੈਂ ਤੇ ਜ਼ਰੂਰ ਪੜਿਆ ਹੋਇਆ ਹੈ, ਉੱਤੇ ਲਿਖਿਆ ਵੀ ਕਹਿੰਦੇ ਹੁੰਦੇ ਆ ਬਰਬਾ ਫੱਟੀ ਸੁਗਾ ਸੂਰਜਾ 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 ਫੱਟੀ ਸੁਗਾ ਹੀ ਇਦਾਂ ਕਰਕੇ ਗਾਉਂਦੇ ਹੁੰਦੇ ਸੀਗੇ। ਬਿਲਕੁਲ, ਜਿਹੜੀ ਚੀਜ਼ ਅੱਜ ਦੀ ਡੇਟ ਵਿੱਚ ਹੈਗੀ ਨੀ
ਉਹਨੂੰ ਬੱਚਿਆਂ ਨੂੰ ਦਿਖਾਣਾ। ਅੱਜ ਦੀ ਡੇਟ ਵਿੱਚ ਤਾਂ ਲੈਪਟਾਪ ਚੱਲਦੇ ਕਿਤੇ ਨਾ ਕਿਤੇ, ਜੇ ਮੈਂ ਗਲਤ ਨਹੀਂ ਹੈਗਾ ਤਾਂ ਪੰਜਾਬੀ ਸੱਭਿਆਚਾਰਕ ਨੂੰ ਸਾਂਭਣ ਦੀ ਵੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ? ਬਿਲਕੁਲ। ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਹੈਗਾ, ਅੱਜ ਦੀ ਡੇਟ ਵਿੱਚ ਨਾ ਡਿਜੀਟਲਾਈਜੇਸ਼ਨ ਦਾ ਟਾਈਮ ਹੈਗਾ। ਜੇ ਆਪਾਂ ਦੇਖੀਏ ਕੰਪਿਊਟਰ ਚੱਲਦੇ ਪਏ ਹੈਗੇ ਆ, ਲੈਪਟਾਪ ਟੈਬ ਹੋ ਗਏ, ਬੱਚੇ ਉਹਨਾਂ ਤੇ ਕੰਮ ਕਰਦੇ ਪਏ ਹੈਗੇ ਆ, ਹੋਮਵਰਕ ਕਰਨਾ ਹੈਗਾ, ਉਹਨਾਂ ਨੇ ਕੁਛ ਟੈਕਸਟ ਬੁੱਕ ਤੇ ਆਇਆ ਉਹਨੂੰ ਗੂਗਲ ਲੈਂਸ ਦੇ ਨਾਲ ਕਰ ਲਿਆ। ਹਾਂ ਹਾਂ, ਹੁਣ ਹੌਲੀ ਹੌਲੀ ਨੋਟਬੁੱਕ ਦਾ ਵੀ ਕੰਸੈਪਟ ਚੱਲ ਗਿਆ ਜੋ ਮੈਂ ਯੂਜ ਕੀਤੀ ਹੋਈ ਹੈ। ਹੁਣ ਇਹ ਇੱਕ ਹਿਸਟੋਰਿਕ ਚੀਜ਼ ਹੈਗੀ ਹੈ, ਜੇ ਕੋਈ ਦੇਖਣ ਆਉਂਦਾ ਹੈਗਾ ਵਿਊਵਰ ਜਾਂ ਬੱਚੇ ਦੇਖਣ ਆਉਂਦੇ, ਸਕੂਲ ਦੇ ਬੱਚੇ ਦੇਖਣ ਆਉਂਦੇ, ਮੈਂ ਉਹਨਾਂ ਨੂੰ ਦਿਖਾਉਂਦਾ ਕਿ ਤੁਹਾਡੇ ਜਿਹੜੇ ਪਿਤਾ ਜੀ ਹੈਗੇ ਆ ਜਾਂ ਤੁਹਾਡੇ ਦਾਦਾ ਜੀ ਹੈਗੇ ਆ, ਉਹ ਇਹਨਾਂ ਚੀਜ਼ਾਂ ਤੇ ਲਿਖਦੇ ਹੁੰਦੇ ਸੀ ਕਿਸੇ ਜ਼ਮਾਨੇ ਤੇ, ਔਰ ਇਹਦੇ ਉੱਤੇ ਕਲਮ ਚੱਲਦੀ ਹੁੰਦੀ ਹੈ, ਕਾਨੇ ਦੇ ਕਾਨੇ ਨੂੰ ਛਿਲ ਕੇ ਸ਼ਾਹੀ ਵਿੱਚ। ਹਾਂ ਹਾਂ ਹਾਂ, ਔਰ ਪਲੱਸ ਇਹਨੂੰ ਤੁਸੀਂ ਕਿਹਾ ਸੂਰਜਾ ਸੂਰਜਾ ਫੱਟੀ ਸੁਕਾ, ਫੱਟੀ ਸੁਕਾਣੀ ਕਿਉਂ? ਠੀਕ ਹੈ, ਜੇ ਆਪਾਂ ਲਿਖਤਾ ਹੈਗਾ ਉਹਨੂੰ ਰਿਮੂਵ ਕਰਨ ਲਈ ਗਾਚੀ ਉਹਦੇ ਉੱਤੇ ਲਗਾਉਣੀ ਪੈਂਦੀ ਸੀ। ਹਾਂ, ਉਸ ਤੋਂ ਬਾਅਦ ਸਾਡੇ ਵੀ ਬਹੁਤ ਜੀ ਡਾਕਟਰ ਡਾਕਟਰ ਸਰਪੱਲੀ ਜੀ ਦੀ ਮੈਂ ਪੋਰਟਰੇਟ ਬਣਾਈ ਹੈ, ਜਿਨ੍ਹਾਂ ਦੇ ਕਰਕੇ ਆਪਾਂ ਇੰਡੀਆ ਵਿੱਚ 5 ਸਪਤੰਬਰ ਨੂੰ ਟੀਚਰਸ ਡੇ ਮਨਾਉਂਦੇ ਹੈਗੇ ਆ। ਠੀਕ ਹੈ, ਹੁਣ ਇਹ ਪੋਰਟਰੇਟ ਦੀ ਵਿਸ਼ੇਸ਼ਤਾ ਹੈਗੀ ਹੈ ਕਿ ਇਹਦੇ ਵਿੱਚ ਇੰਡੀਅਨ ਕੌਨਸਟੀਟਿਊਸ਼ਨ ਦੁਆਰਾ ਜਿਹੜੀਆਂ 22 ਲੈਂਗੁਏਜਿਸ ਹੈਗੀਆਂ ਉਹਨਾਂ ਦੇ ਐਲਫਾਬੈਟ ਲਿਖ ਕੇ ਆ ਪੋਰਟਰੇਟ ਬਣਾਈ ਹੈ। ਇਹਦੇ ਵਿੱਚ ਹਿੰਦੀ, ਪੰਜਾਬੀ, ਸੰਸਕ੍ਰਿਤ, ਉਰਦੂ, ਬੋਡੋ, ਮਲਿਆਲਮ, ਇਹ ਸਾਰੀ ਲੈਂਗੁਏਜਿਸ ਲਿਖ ਕੇ ਆ ਪੋਰਟਰੇਟ ਬਣਾਈ ਹੈਗੀ ਹੈ। ਜੇ ਤੁਸੀਂ ਇੱਥੇ ਤੁਸੀਂ ਧਿਆਨ ਨਾਲ ਦੇਖੋ ਇਹਦੇ ਚੈਲੇਂਜਿਸ ਹੈਗੇ ਆ, ਉਰਦੂ ਲਿਖੀ, ਉਰਦੂ ਆਪਾਂ ਲੈਫਟ ਟੂ ਰਾਈਟ ਨਹੀਂ ਲਿਖਦੇ, ਰਾਈਟ ਟੂ ਲੈਫਟ ਲਿਖਦੇ ਹੈਗੇ ਆ, ਇਹ ਵੀ ਚੈਲੇਂਜਿੰਗ ਹੈਗੇ ਆ। ਜਿੱਦਾਂ ਇਹ ਤੁਸੀਂ ਦੇਖਦੇ ਪਏ ਹੈਗੇ ਹੋ, ਇਹ ਸਾਡੇ ਇਹਨੂੰ ਲਿਖਣਾ ਕਾਫੀ ਚੈਲੇਂਜਿੰਗ ਸੀਗਾ ਐਲਫਾਬੈਟ। ਇਹ ਭਾਸ਼ਾ ਸਾਡੇ ਤੋਂ ਕੋਹਾਂ ਦੂਰ ਹੈਗੀ ਹੈ ਜੀ ਜੀ, ਖਾਸ ਕਰਕੇ ਪੰਜਾਬੀ ਤੋਂ, ਤੇ ਇਹ ਸਾਡੇ ਇਹ ਵੀ ਆਜ਼ਾਦੀ ਘੁਲਾਟੀ ਰਹੇ। ਮੈਂ ਕਿਹਾ ਮੰਗਲ ਪਾਂਡੇ ਹੋਰਾਂ ਦੀ ਹੈ, ਇਹ ਜਿਹੜੀ ਤੁਸੀਂ ਫੋਟੋ ਦੇਖਦੇ ਪਏ ਹੈਗੇ ਇਹ ਭਗਤ ਇੰਦੂ ਹਰੀਸ਼ ਚੰਦਰ ਦੀ ਪੋਰਟਰੇਟ ਹੈਗੀ ਹੈ, ਔਰ ਇਹਨਾਂ ਨੂੰ ਆਪਾਂ ਹਿੰਦੀ ਮਾਡਰਨ ਲਿਟਰੇਚਰ ਦਾ ਪਿਤਾਮਾ ਮੰਨਦੇ ਹੈਗੇ ਹੈ। ਔਰ ਤੁਸੀਂ ਦੇਖੋਗੇ ਇਹਦੇ ਵਿੱਚ ਹਿੰਦੀ ਵਰਣਮਾਲਾ ਦੇ ਜਿਹੜੇ ਐਲਫਾਬੈਟ ਹੈਗੇ ਉਹ ਲਿਖ ਕੇ ਇਹਨਾਂ ਨੂੰ ਇੱਕ ਟ੍ਰਿਬਿਊਟ ਦਿੱਤੀ ਹੈ ਜੀ। ਇਹ ਫੋਟੋ ਜਿਹੜੀ ਤੁਸੀਂ ਦੇਖਦੇ ਪਏ ਪਦਮ ਵਿਭੂਸ਼ਣ ਅੰਮ੍ਰਿਤਾ ਪ੍ਰੀਤਮ ਦੀ ਪੋਰਟਰੇਟ ਹੈਗੀ ਹੈ, ਔਰ ਇਹਨਾਂ ਦੀ ਇੱਕ ਰਚਨਾ ਹੈਗੀ ਅੱਜ ਆਖਾਂ ਬਾਦਸ਼ਾਹ ਨੂੰ, ਉਹ ਲਿਖ ਕੇ ਮੈਂ ਇਹਨਾਂ ਨੂੰ ਇੱਕ ਟ੍ਰਿਬਿਊਟ ਦਿੱਤੀ ਹੈ। ਕਵਰ ਕਰਦਾ ਤੇ ਆਪਾਂ ਧਿਆਨ ਨਾਲ ਦੇਖੀਏ ਤੇ ਇਹਦੇ ਵਿੱਚ ਬੱਚੇ ਦਿਖਦੇ ਪਏ ਹੈਗੇ ਆ। ਠੀਕ ਹੈ, ਇਹ ਪੋਰਟਰੇਟ ਦੇ ਬਾਰੇ ਦੱਸਣਾ ਚਾਹੂੰਗਾ ਕਿ ਮਦਰ ਟੈਰੇਸਾ ਨੇ ਆਪਣੇ ਜੀਵਨ ਵਿੱਚ ਬੇਸਹਾਰਾ ਬੱਚੇ, ਬਿਮਾਰ ਜਿਹੜੇ ਬਿਮਾਰ ਲੋਕ ਹੈਗੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ। ਇਸ ਕਰਕੇ ਮੈਂ ਚਾਹੁੰਦਾ ਸੀ ਕੁਛ ਇੱਦਾਂ ਹੋਵੇ ਕਿ ਬੱਚੇ ਸਾਰੇ ਮਦਰ ਟੈਰੇਸਾ ਨੂੰ ਟ੍ਰਿਬਿਊਟ ਦੇਣ। ਇਹਦੇ ਵਿੱਚ ਜੇ ਦੇਖੋ ਸਾਰੇ ਬੱਚੇ ਖੜੇ ਦੂਰੋਂ ਦੇਖਦੇ ਤੇ ਸਾਨੂੰ ਮਦਰ ਟੈਰੇਸਾ ਦੀ ਫੋਟੋ ਜਿਹੜੀ ਹੈ ਉਹ ਦਿਖਦੀ ਹੈਗੀ ਹੈ ਜੀ। ਤਾਂ ਅਖੀਰਲੇ ਦੌਰ ਵੱਲ ਚੱਲਦੇ ਹਾਂ, ਹੁਣ ਇੱਕ ਲਾਸਟ ਜਿਹੜੀ ਇਹਨਾਂ ਨੇ ਹੁਣ ਪੋਰਟਰੇਟ ਬਣਾਈ ਆ ਉਹ ਵੀ ਦਿਖਾਵਾਂਗੇ, ਪਰ ਇੱਕ ਇਹ ਨੀਚੇ ਕੁਛ ਮੋਬਾਈਲ ਦੇ ਪਏ ਹੈਗੇ ਇਕਿਊਪਮੈਂਟ, ਜਿੱਦਾਂ ਸਕਰੀਨ ਗਾਰਡ ਜਾਂ ਕਹਿ ਲਈਏ ਜਾਂ ਸਕਰੀਨਸ ਹੈਗੀਆਂ ਬਲੈਕ ਕਲਰ ਦੀਆਂ, ਤੇ ਕੁਝ ਤਸਵੀਰ ਬਣਾਈ ਆ ਮਿੱਟੀ ਦੇ ਨਾਲ, ਇਹ ਕੀ ਚੀਜ਼ ਹੈ? ਇਹਦੇ ਬਾਰੇ ਦੱਸਣਾ ਚਾਹੂੰਗਾ, ਇਹ ਨਾ ਬੇਸਿਕਲੀ ਸੋਸ਼ਲ ਮੀਡੀਆ ਦੇ ਇਮੋਜੀਜ਼ ਹੈਗੇ ਆ, ਔਰ ਮਤਲਬ ਜਦ ਆਪਾਂ ਵਟਸਐਪ ਹੋ ਗਿਆ ਜਾਂ ਆਪਣਾ ਕੋਈ ਵੀ ਆਪਣਾ ਮੈਸੇਂਜਰ ਲਗਾ ਲਓ, ਠੀਕ ਹੈ, ਉਹਦੇ ਵਿੱਚ ਸਾਨੂੰ ਮਿਲੇ ਜਾਂਦੇ ਹੈਗੇ ਆ। ਠੀਕ ਹੈ, ਔਰ ਜਦ ਆਪਾਂ ਟੈਕਸਟ ਕਰਦੇ, ਬੇਸਿਕਲੀ ਮੈਂ ਕਹਿਣਾ ਚਾਹੁੰਦਾ ਟੈਕਸਟ ਕਰਦੇ ਉਹਦੇ ਵਿੱਚ ਇਹ ਇਮੋਜੀਜ਼ ਆਉਂਦੇ ਹੈਗੇ ਆ, ਔਰ ਇਹਦੇ ਵਿੱਚ ਨਾ ਮੈਂ ਦਿਖਾਉਣ ਦੀ ਆਹ ਕੋਸ਼ਿਸ਼ ਕੀਤੀ ਹੈ ਕਿ ਬੁਰਾ ਮਤ ਬੋਲੋ, ਬੁਰਾ ਮਤ ਸੁਣੋ, ਬੁਰਾ ਮਤ ਦੇਖੋ ਔਨ ਸੋਸ਼ਲ ਮੀਡੀਆ, ਔਨ ਇੰਟਰਨੈਟ, ਉਹਦੇ ਨਾਲ ਹੇਟਡ ਫੈਲਦੀ ਪਈ ਹੈ। ਔਰ ਉਹਨੂੰ ਡਿਪਿਕਟ ਕਰਨ ਲਈ ਮੈਂ ਨਾਲ ਮੋਬਾਈਲ ਫੋਨ ਰੱਖਿਆ ਗਿਆ ਕਿ ਮੋਬਾਈਲ 'ਤੇ ਤੁਸੀਂ ਗਲਤ ਕੰਟੈਂਟ ਨਾ ਦੇਖੋ, ਠੀਕ ਹੈ, ਉਹਨਾਂ ਜਿਹੜਾ ਸੋਸਾਇਟੀ ਉਹ 'ਤੇ ਲੋਕਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਵੱਲੋਂ ਕੀ ਮੋਬਾਈਲ 'ਤੇ ਕਈ ਤਰ੍ਹਾਂ ਦੇ ਕੰਟੈਂਟ ਆਉਂਦੇ ਆ ਵੀ ਉਹਨਾਂ ਦੇ ਉੱਤੇ ਨਾ ਉਹਨਾਂ ਨੂੰ ਦੇਖੋ ਨਾ ਸੁਣੋ ਤੇ ਨਾ ਹੀ ਕੋਈ ਉੱਤੇ ਕੋਈ ਵੀ ਉਹਨਾਂ ਤੇ ਰਿਐਕਟ ਕਰੋ ਕੁਛ ਇੱਦਾਂ ਦਾ ਕੋਈ ਕਰਕੇ। ਮੈਂ ਇੱਕ ਲਾਸਟ ਮੂਮੈਂਟ ਵੱਲ ਚੱਲਦੀਆਂ ਸੀ ਜਿੱਥੇ ਕਿ ਲਾਸਟ ਦੇ ਜਿਹੜੀ ਇਹਨਾਂ ਨੇ ਪੋਰਟਰੇਟ ਬਣਾਇਆ ਗਿਆ ਸ਼ਹੀਦੇ ਆਜ਼ਮ
सरदार भगत सिंह होरां जी का पोर्ट्रेट तैयार किया और खास की चीज़ा है। मैं एक तस्वीर दिखानी चाहवागा, पहला बिल्कुल नीचे एक तस्वीर हैगी है मेरे बिल्कुल जिथे मैं इस वे स्टैंडिंग हैगा आ उस जगह पर तस्वीर हैगी है। पहले ये तस्वीर असी दिखा दीए, उ लिखिया कि इस जगह पर स्टैंड होकर तुम जो पोर्ट्रेट है वह देख सकते हो, क्योंकि इतों जो मोबाइल नाल देखोगे तो यह पोर्ट्रेट बिल्कुल क्लीयर नज़र आएगा। लाइक इस तरह जो तुम थोड़ा जहा साइड पर हो जाने तो पोर्ट्रेट सही तरीके नज़र नहीं आएगा, पर इस वे जो तुम इतों की देखोगे इस जगह पर खड़ के तो बिल्कुल पोर्ट्रेट तुम सही नज़र आएगा। तो वरुण जी ने गल करते हैं, वरुण जी किवें मन च किवें ख्याल आया? देखो मैं ना शहीदों को ट्रिब्यूट दिना है और मैनू लगा कि भगत सिंह जी का जो पोर्ट्रेट है वह इन्हां दे जद्दी पिंड की मिट्टी जिहड़ी हैगी आ उहदे नाल बनाया जाए। तो मैं इन्हां दे जद्दी पिंड की मिट्टी लिया के एक 23 फुट का पोर्ट्रेट बना के इन्हां नूं ट्रिब्यूट। पिछले साल तुसीं 16 फुट का पोर्ट्रेट बनाया सी, उहदे च पेपर नहीं सी यूज कीता? नहीं जिहड़ा 16 बिल्कुल ठीक कहदे हैगे हो, बट इहदे विच हल्की गलती हैगी है। 16 फुट का पोर्ट्रेट बनाया सीगा उह सीगा शहीद ऊधम सिंह का और वह बनाया से मैं जलियां वाले बाग की मिट्टी लिया के, बट वह बनाया पेपर से ही थे का। जी खास गल पोर्ट्रेट बनया है जे आप विदाउट एनी मोबाइल विदाउट एनी स्क्रीन देखते है तो सानू जिहड़ा फोटो हैगी है बहुत लंबाई च दिखती है। जब आप इन मोबाइल देखांगे ना सानू आ जिहड़ी फोटो हैगी है प्रॉपरली दिखती है। जी तो बिल्कुल देश भगत यादगार हाल के मेला गदरी बाबिया का चल रहा है और असी ये भी लोगों बच्चों खास करके दरख्वास्त कर रहे हैं कि इतने पुजो ताकि जोड़ा सा पिछोकड़ सा लंघ के गया है वो झात मारो की होया किवें आजादियां हासिल की असी किवें आजादी गुलाटियां ने अब शहीदियां दित्तियां ने किवें उन्हां वल्लों साडे देश नूं आजाद कराउण लई की कुछ किया गया ये सारा कुछ दर्शाउंदा है। इस जगह पर आके जरूर एक बार विचरो देखो पढ़ो सुनो तुहानू अपने आप पता लगेगा साडे वड्डे वडेरियां ने बजुर्गों ने साडे देश वास्ते देश नूं आजाद कराउण वास्ते की कुछ किया। तो बिल्कुल वरुण टंडन की इस सोच नूं असीं भी सलाम करते हैं। फिलहाल नवीं ते ताज़ा अपडेट लई जुड़े रहो दैनिक सवेरा टीवी दे नाल। मैनूं दिओ इजाजत, धन्यवाद।